ਫਰੀਦਕੋਟ ਦੇ ਸੈਕਟਰੀਏਟ ਵਿੱਚ ਆ ਜੋ ਬੱਸ ਸਕੁਆਡ ਬਣੀ ਖੜੀ ਹੈ, ਇਹ ਗੁੰਦਾਰਾ ਬੱਸ ਸਰਵਿਸ ਦੀ ਬੱਸ ਹੈ ਜੋ ਸ਼ਾਇਦ DTO ਵੱਲੋਂ ਟੈਕਸ ਵਗੈਰਾ ਨਾ ਭਰਨ ਕਰਕੇ ਜ਼ਬਤ ਕੀਤੀ ਗਈ ਜਾਪਦੀ ਹੈ ਅਤੇ ਬਾਅਦ ਵਿੱਚ ਇਸ ਨੂੰ ਛੁਡਾਇਆ ਨਹੀਂ ਗਿਆ, ਜੋ ਇੱਥੇ ਖੜੀ ਕਬਾੜ ਬਣ ਗਈ ਹੈ। ਗੰਦਾਰਾ ਟਰਾਂਸਪੋਰਟ ਦਾ ਬੜਾ ਸ਼ਾਨ ਮੱਤਾ ਇਤਿਹਾਸ ਹੈ। ਕਦੇ ਫਰੀਦਕੋਟ ਸ਼ਹਿਰ ਵਿੱਚ ਗੰਦਾਰਾ ਟਰਾਂਸਪੋਰਟ ਦੀ ਸਰਦਾਰੀ ਹੁੰਦੀ ਸੀ, ਜਿੱਥੇ ਹੁਣ ਬਜਾਜ ਚੇਤਕ ਮੋਟਰਸਾਈਕਲ ਸਕੂਟਰ ਦੀ ਏਜੰਸੀ ਹੈ, ਉਸ ਥਾਂ 'ਤੇ ਬੱਸ ਅੱਡਾ ਹੁੰਦਾ ਸੀ ਜਿੱਥੇ ਗੰਦਾਰਾ ਬੱਸ ਸਰਵਿਸ ਦੀਆਂ ਹੀ ਬੱਸਾਂ ਖੜੀਆਂ ਹੁੰਦੀਆਂ ਸਨ ਅਤੇ ਉਹੀ ਸਾਰੇ ਪਾਸੇ ਕੋਟਕਪੂਰਾ, ਬਠਿੰਡਾ, ਗੁਰੂ ਰਸਾਏ ਆਦਿ ਰੂਟਾਂ ਨੂੰ ਇਹੀ ਬੱਸਾਂ ਚੱਲਦੀਆਂ ਸਨ। ਬਾਅਦ ਵਿੱਚ ਮਾਲਕਾਂ ਦਾ ਕੋਈ ਡਿਸਪਿਊਟ ਹੋਇਆ, ਸ਼ਾਇਦ ਉਹ ਦੋ ਭਰਾ ਸਨ ਅਤੇ ਉਹਨਾਂ ਦੀ ਇਸ ਬੱਸ ਅੱਡੇ ਵਿੱਚ ਜੰਮ ਕੇ ਗੋਲਾਬਾਰੀ ਹੋਈ। ਇੱਕ ਪਾਸੇ ਹਰਭਗਵਾਨ ਸਿੰਘ ਝੱਖੜਵਾਲਾ ਅਤੇ ਉਸਦੇ ਸਾਥੀ ਮਦਦ 'ਤੇ ਆਏ ਸਨ ਅਤੇ ਇੱਕ ਪਾਸੇ ਇੱਕ ਚੰਦ ਭਾਨ ਦਾ ਵੈਲੀ ਬੰਦਾ ਜਿਸਦਾ ਮੈਂ ਨਾਂ ਭੁੱਲ ਗਿਆ ਉਹ ਸੀ। ਦੋਵਾਂ ਧਿਰਾਂ ਵਿੱਚ ਕਾਫੀ ਗੋਲਾਬਾਰੀ ਹੋਈ ਅਤੇ ਉਹ ਚੰਦ ਭਾਨ ਵਾਲਾ ਜਿਹੜਾ ਵਿਅਕਤੀ ਸੀ ਉਹ ਇਸ ਗੋਲਾਬਾਰੀ ਵਿੱਚ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਉਸ ਤੋਂ ਬਾਅਦ ਇਸ ਟਰਾਂਸਪੋਰਟ ਦਾ ਹੌਲੀ ਹੌਲੀ ਪਤਨ ਹੋ ਗਿਆ ਅਤੇ ਅੱਜ ਇਸ ਦਾ ਨਾਂ ਫਰੀਦਕੋਟ 'ਚੋਂ ਲਗਭਗ ਖਤਮ ਹੋ ਚੁੱਕਾ ਹੈ। ਮੈਂ ਅਚਾਨਕ ਹੀ ਸੈਕਟਰੀਏਟ ਵਿੱਚ ਕਿਸੇ ਕੰਮ ਲਈ ਗਿਆ ਤਾਂ ਮੇਰੀ ਨਜ਼ਰ ਗੁੰਦਾਰਾ ਬੱਸ 'ਤੇ ਪਈ ਜਿਸ ਉੱਤੇ ਗੁੰਦਾਰਾ ਲਿਖਿਆ ਹੋਇਆ ਸੀ, ਤਾਂ ਮੈਨੂੰ ਗੁੰਦਾਰਾ ਪੜ੍ਹ ਕੇ ਉਹ ਪਿਛਲਾ ਸਾਰਾ ਜਿਹੜਾ ਇਸ ਬੱਸ ਸਰਵਿਸ ਦਾ ਇਤਿਹਾਸ ਯਾਦ ਆ ਗਿਆ ਅਤੇ ਮਨ ਵਿੱਚ ਵਿਚਾਰ ਆਇਆ ਕਿ ਵੇਖੋ ਸਮੇਂ ਸਮੇਂ